ਤੇ ਭਵੰਤ ਸਿਆਂ। ਇੱਥੋਂ ਪਤਾ ਲੱਗਦਾ ਵੀ ਇੱਕ ਡਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ, ਇੰਨਾ ਡਰ ਇੰਨਾ ਸਹਿਮ ਤੇਰੇ ਅੰਦਰ ਬਹਿ ਜੂਗਾ ਕਿ ਤੂੰ ਇੰਨਾ ਡਰ ਜਾਏਗਾ, ਇੰਨਾ ਕੰਬ ਜਾਏਗਾ ਕਿ ਤੂੰ ਇੱਕ ਜਿਹੜਾ ਬੰਦਾ ਤੇਰੀਆਂ ਕਮੀਆਂ ਕੱਢ ਰਿਹਾ ਤੱਥਾਂ ਦੇ ਆਧਾਰ ਦੇ ਉੱਤੇ ਲਗਾਤਾਰ ਪਿਛਲੇ 2-2.5 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਤੁਹਾਡੀ, ਉਹ ਬੰਦਾ ਤੱਥਾਂ ਦੇ ਆਧਾਰ ਤੇ ਸਬੂਤਾਂ ਨਾਲ ਤੁਹਾਡੀਆਂ ਬੱਖੀਆਂ ਦੇੜ ਰਿਹਾ, ਲਗਾਤਾਰ ਤੁਹਾਡੀਆਂ ਜਿਹੜੀਆਂ ਨਾਕਾਮੀਆਂ ਨੇ, ਫੇਲ ਹੋਈ ਸਰਕਾਰ ਆ ਬੁਰੀ ਤਰ੍ਹਾਂ ਹਰ ਫਰੰਟ ਤੇ ਹਰ ਪਾਸਿਓਂ, ਉਹ ਲਗਾਤਾਰ ਤੁਹਾਡੀਆਂ ਅੱਖਾਂ 'ਚ ਰੜਕਦਾ ਸੀ, ਬਹਾਨਾ ਬਣਾ ਲਿਆ ਜੀ ਇਹ ਤੇ IT ਕੋਈ ਜਿਹੜਾ ਕਾਨੂੰਨ ਆ ਉਹਦੇ ਤਹਿਤ ਪਰਚਾ ਜਿਹੜਾ ਦਰਜ ਕਰਕੇ ਤੇ ਉਹਨੂੰ ਤੁਸੀਂ ਰਾਤ ਪਟਿਆਲਿਓਂ ਗ੍ਰਿਫਤਾਰ ਕਰਕੇ ਲੈ ਗਏ। ਸੋ ਮੈਂ ਪੰਜਾਬੀਓ ਗੱਲ ਕਰ ਰਿਹਾ ਮਾਲਵਿੰਦਰ ਸਿੰਘ ਮਾਲੀ ਦੀ, ਜਿਹੜਾ ਇਨਸਾਨ ਬੜੀ ਬੇਵਾਕੀ ਦੇ ਨਾਲ ਤੱਥਾਂ ਦੇ ਆਧਾਰ ਦੇ ਉੱਤੇ ਆਲੋਚਨਾ ਕਰਦਾ, ਸਾਰਥਕ ਆਲੋਚਨਾ ਕਰਦਾ, ਸੰਵਾਦ ਰਚਾਉਣ ਦੀ ਗੱਲ ਕਰਦਾ, ਵਿਰੋਧ ਕਰਨਾ ਕਿਸੇ ਵੀ ਗਲਤ ਗੱਲ ਦਾ ਹਰ ਬੰਦੇ ਨੂੰ ਇੱਥੇ ਹੱਕ ਆ, ਕੋਈ ਬੰਦਾ ਕਿਸੇ ਗੱਲ ਦੇ ਉੱਤੇ ਆਪਣੀ ਗੱਲ ਆਪਣਾ ਪੱਖ ਰੱਖ ਸਕਦਾ। ਮਾਲੀ ਲਗਾਤਾਰ ਰੜਕ ਰਿਹਾ ਸੀਗਾ ਪਰ ਇਹਨਾਂ ਦੇ ਕੋਲੋਂ ਕੋਈ ਬਹਾਨਾ ਨਹੀਂ ਸੀ ਲੱਭਿਆ ਜਾ ਰਿਹਾ, ਹੁਣ ਬਹਾਨਾ ਲੱਭ ਲਿਆ, ਬਹਾਨਾ ਲੱਭ ਕੇ ਉਹਨੂੰ ਗ੍ਰਿਫਤਾਰ ਕਰਕੇ ਲੈ ਗਏ ਆ। ਮਾਲੀ ਸਾਡੇ ਖਿਲਾਫ ਵੀ ਬੋਲਿਆ, ਮਾਲੀ ਕਿਸਾਨੀ ਮੋਰਚੇ ਵੇਲੇ ਦੀਪ ਸਿੱਧੂ ਤੇ ਮੇਰੇ ਖਿਲਾਫ ਵੀ ਬੋਲਿਆ, ਮਾਲੀ ਹੋਰਾਂ ਖਿਲਾਫ ਵੀ ਬੋਲਦਾ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਬੰਦੇ ਦੀ ਆਵਾਜ਼ ਹੀ ਦੱਬ ਦਿਓ। ਜਿਵੇਂ ਦਿੱਲੀ ਸਰਕਾਰ ਸੈਂਟਰ ਦੀ ਸਰਕਾਰ ਕਰ ਰਹੀ ਹੈ, ਵੱਡੇ ਵੱਡੇ ਜਿਹੜੇ ਕੋਈ ਐਕਟਿਵਿਸਟ ਨੇ, ਕਾਰਕੁਨ ਨੇ, ਕੋਈ ਵਕੀਲ ਨੇ, ਕੋਈ ਪ੍ਰੋਫੈਸਰ ਨੇ, ਕੋਈ ਬੁੱਧੀਜੀਵੀ ਨੇ, ਉਹਨਾਂ ਤੋਂ ਡਰੀਆਂ ਹੋਈਆਂ ਸਰਕਾਰਾਂ ਚੱਕ ਕੇ NSA UAPA ਲਾ ਕੇ ਜੇਲ੍ਹਾਂ 'ਚ ਬੰਦ ਕਰ ਰਹੇ ਆ, ਉਸੇ ਰਾਹ ਦੇ ਭਾਂਸਿਆਂ ਤੂੰ ਤੁਰ ਪਿਆ, ਬੁਰੀ ਤਰ੍ਹਾਂ ਫੇਲ ਆ ਤੂੰ ਬੁਰੀ ਤਰ੍ਹਾਂ। ਨਾਲੇ ਮੇਰੀ ਗੱਲ ਹੋਰ ਸੁਣੋ, ਤੁਹਾਡੇ ਜਿਨ੍ਹਾਂ ਦਾ ਬੋਲਿਆ ਨਹੀਂ ਹੋਣਾ ਮਾਲੀ, ਭਾਂਸਿਆਂ ਤੂੰ ਆਪਣਾ ਆਪਣੇ ਦਿਨ ਉਹ ਚੇਤੇ ਕਰ, ਕਦੇ ਤੂੰ ਹਰਸਿਮਰਤ ਬਾਰੇ, ਕਦੇ ਸੁਖਬੀਰ ਬਾਰੇ, ਕਦੇ ਕੈਪਟਨ ਅਮਰਿੰਦਰ ਬਾਰੇ, ਕਦੇ ਰੂਸਾ ਬਾਰੇ, ਕਿੰਨੇ ਘਟੀਆ ਤੋਂ ਘਟੀਆ ਸ਼ਬਦ ਬੋਲਦਾ ਰਿਹਾ, ਕਿਸੇ ਦੀ ਦਾੜੀ ਦੇ ਤੰਜ, ਕਿਸੇ ਦੇ ਪਹਿਰਾਵੇ ਦੇ ਤੰਜ, ਕਿਸੇ ਦੀ ਜ਼ਿੰਦਗੀ ਦੇ ਉੱਤੇ, ਨਿੱਜੀ ਜ਼ਿੰਦਗੀ ਦੇ ਵਿੱਚ ਜਾ ਕੇ ਤੂੰ ਸਿਮਰੋ ਭਾਬੀ, ਰੂਸਾ ਦਾ ਯਾਰ, ਕੀ ਕੁਛ ਨਹੀਂ ਬੋਲਿਆ। ਉਹਦਾ ਛੱਡ, ਤੇਰਾ ਆਹ ਜਿਹੜਾ ਜਿਹਨੂੰ ਮਾਲੀ ਹੈ, ਤੁਹਾਨੂੰ ਚੁੱਭਦਾ ਪਤਾ ਕਿਵੇਂ, ਮਾਲੀ ਨੂੰ ਸਲੇਡੇ ਕਹਿੰਦਾ, ਸਲੇਡੇ ਆ ਤੁਹਾਡਾ ਜਿਹੜਾ ਕੇਜਰੀਵਾਲ ਕੀ ਬੋਲਿਆ ਸੀਗਾ ਚੰਨੀ ਦੇ ਖਿਲਾਫ, ਜਦੋਂ ਉਹਨੇ ਕੋਈ ਉਹਦੇ ਪਹਿਰਾਵੇ ਤੇ ਗੱਲ ਕੀਤੀ, ਕਹਿੰਦਾ ਕਿ ਰਿਸ਼ਤਾ ਕਰਨਾ। ਇੱਥੋਂ ਤੱਕ ਜਦੋਂ ਕੇਜਰੀਵਾਲ ਚੰਨੀ ਦੇ ਖਿਲਾਫ ਇਹ ਗੱਲ ਬੋਲਿਆ ਸੀ ਰਿਸ਼ਤੇ ਵਾਲੀ, ਤੇ ਤੂੰ ਕੋਲੇ ਖੜਾ ਦੰਦ ਕੱਢ ਰਿਹਾ ਸੀ, ਹੱਸ ਰਿਹਾ ਸੀਗਾ ਤੇ ਰੌਲਾ ਪਾ ਰਿਹਾ ਸੀ, ਨਾਰਾ ਮਾਰ ਰਿਹਾ ਸੀ।
ਇੱਥੋਂ ਤੱਕ ਤੁਸੀਂ ਬੋਲੇ ਹੋਏ ਆ, ਉਹਦਾ ਛੱਡ ਦਿਓ, ਹੁਣ ਆ ਜਾਓ ਵਿਧਾਨ ਸਭਾ ਦੇ ਵਿੱਚ, ਤੂੰ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠਾ, ਪੰਜਾਬ ਦਾ ਮੁੱਖ ਮੰਤਰੀ ਆ, ਤੂੰ ਹੁਣ ਕੀ ਬੋਲਦਾ? ਬਾਜਵਾ ਤੇਰੀ ਪੰਜਾਮੀ ਭੀੜੀ ਹੈ, ਤੂੰ ਮੁੱਖ ਮੰਤਰੀ ਬਣ, ਸਾਰਾ ਤੇਰੇ ਸੁਪਨੇ ਰਹਿ ਜਾਣੇ ਆ, ਅੱਜ ਤਾਂ ਅੱਖਾਂ 'ਚ ਅੱਖਾਂ ਪਾ ਗੱਲ ਕਰੋ ਵੇ, ਤੂੰ ਕੌਣ ਹੁੰਦਾ, ਮੈਂ ਤੇਰਾ ਜਵਾਬ ਨਹੀਂ ਦਿੰਦਾ, ਜਾ ਖਹਿਰੇ ਵਰਗਿਆਂ ਨੂੰ। ਉਹ ਕਿਹੜਾ ਬੰਦਾ ਜਿਹੜੇ ਬੰਦੇ ਨੂੰ ਤੂੰ ਵਿਧਾਨ ਸਭਾ ਜਲੀਲ ਨਹੀਂ ਕਰਦਾ, ਉਹਦੇ ਖਿਲਾਫ ਨਹੀਂ ਬੋਲਦਾ? ਪਹਿਲਾਂ ਤੁਸੀਂ ਆਹ ਕੰਮ ਸ਼ੁਰੂ ਕੀਤਾ, ਪਹਿਲਾਂ ਮੀਡੀਆ ਨੂੰ ਦਬਾਇਆ, ਦਬਕਾਇਆ, ਧਮਕਾਇਆ, ਕਈ ਪੱਤਰਕਾਰਾਂ ਨੂੰ ਥਾਣਿਆਂ 'ਚ ਬੁਲਾ ਕੇ ਡਰਾਇਆ ਗਿਆ, ਕਈ ਚੈਨਲ ਬੰਦ ਕੀਤੇ ਗਏ, ਕਈਆਂ ਨੂੰ ਖਰੀਦਿਆ ਗਿਆ, ਕਈਆਂ ਨੂੰ ਖਤਮ ਹੀ ਕਰਤਾ, ਕਿਉਂਕਿ ਸਾਰਾ ਤੁਹਾਡਾ ਆਦਲ ਨਾਂ ਦਾ ਬੰਦਾ ਅਤੇ ਇੱਕ ਦੋ ਹੋਰ ਜਿਹੜੇ ਤੁਹਾਡੇ ਬੰਦੇ ਆ ਜਿਹੜੇ ਲਗਾਤਾਰ ਤੁਹਾਡਾ ਮੀਡੀਆ ਕੰਟਰੋਲ ਕਰਦਿਆਂ ਦੇਖ ਰਹੇ ਆ। ਤੂੰ ਕਹਿੰਦਾ ਮੋਦੀ ਆਵਾਜ਼ ਦੱਬਦਾ, ਸਾਡੇ ਕੇਜਰੀਵਾਲ ਨੂੰ ਬੰਦ ਕਰਤਾ, ਸਾਡੇ ਸਿਸੋਦੀਆ ਨੂੰ ਬੰਦ ਕਰਤਾ, ਮੀਡੀਆ ਖਰੀਦ ਲਿਆ, ਮੀਡੀਆ ਗੋਦੀ ਬਣ ਗਿਆ, ਤੂੰ ਕੀ ਕਰ ਰਿਹਾ ਪੰਜਾਬ 'ਚ ਉਹ ਦੇਖ। ਇਹਨਾਂ ਗੱਲਾਂ ਦਾ ਭਾਂਸਿਆਂ ਲੋਕਾਂ ਨੇ ਤਾਂ ਇੱਥੋਂ ਹਿਸਾਬ ਲੈਣਾ। 2 ਸਾਲ ਰਹਿ ਗਏ, 2। ਇੰਨਾ ਹੰਕਾਰ ਚੰਗਾ ਨਹੀਂ ਹੁੰਦਾ। ਨਾਲੇ ਮੇਰੀ ਗੱਲ ਸੁਣੋ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ, ਨਸ਼ਿਆਂ ਦੇ ਤੁਹਾਡੇ ਕੋਲ ਕੋਈ ਹੱਲ ਨਹੀਂ ਹੋਇਆ? ਰੋਜ਼ ਮਾਵਾਂ ਦੇ ਪੁੱਤ ਮਰਦੇ ਆ, ਪ੍ਰਵਾਸ ਤੁਹਾਡੇ ਕੋਲ ਨਹੀਂ ਰੋਕਿਆ ਗਿਆ, ਕਿਸਾਨੀ ਦਾ ਤੁਹਾਡੇ ਕੋਲ ਕੋਈ ਹੱਲ ਨਹੀਂ, ਮਜ਼ਦੂਰਾਂ ਦੇ ਡਾਂਗਾਂ ਤੁਸੀਂ ਮਾਰੀ ਜਾਂਦੇ ਹੋ। ਆ ਲਾਰਸ ਬਿਸ਼ਨੋਈ, ਕੀ ਉਹ ਪੱਤਰਕਾਰ ਨੂੰ ਫੜ ਲਿਆ? ਕੀ ਉਹ ਚੈਨਲ ਬੰਦ ਕਰਤੇ? ਕੀ ਉਹ ਜਿਹੜੀ ਖਰਡ CI ਦੇ ਵਿੱਚ ਜਿੱਥੇ ਲਾਰਸ ਬਿਸ਼ਨੋਈ ਦੀ ਉੱਥੋਂ ਦੇ ਅਫਸਰਾਂ ਨੇ ਬਿਠਾ ਕੇ ਇੰਟਰਵਿਊ ਕਰਾਈ ਆ, ਕੌਣ ਕੌਣ ਜ਼ਿੰਮੇਵਾਰ ਆ, ਕਿਹੜਾ ਸੀ ਇੰਚਾਰਜ ਆ, ਕਿਹੜਾ DSP ਆ, SP, SSP ਆ, ਕੌਣ ਜ਼ਿੰਮੇਵਾਰ ਆ, ਉਹਦੇ ਖਿਲਾਫ ਕਾਰਵਾਈ ਕਰਤੀ? ਐਡੀਆਂ ਵੱਡੀਆਂ ਘਟਨਾਵਾਂ ਵਾਪਰ ਜਾਣ, ਐਡੇ ਐਡੇ ਬੰਦਿਆਂ ਦੇ ਕਤਲ ਹੋ ਜਾਣ, ਤੇ ਤੁਸੀਂ ਬੁਰੀ ਤਰ੍ਹਾਂ ਫੇਲ ਹੋ ਜਾਓ, ਤੇ ਆਹ ਜੇ ਇੱਕ ਮਾਲੀ ਬੋਲਿਆ ਤੇ ਚੱਕ ਕੇ ਤੁਸੀਂ ਮਾਲੀ ਵਰਗਿਆਂ ਨੂੰ ਚੱਕ ਕੇ ਪਰਚਾ ਦੇ ਕੇ ਅੰਦਰ ਕਰਤਾ। ਨਾਲੇ ਗੱਲ ਹੋਰ ਸੁਣ ਲਓ, ਇਹ ਆਵਾਜ਼ਾਂ ਐ ਨਹੀਂ ਦੱਬੀਆਂ ਜਾਣਗੀਆਂ। ਇੱਕ ਮਾਲੀ ਵਰਗੇ ਨੂੰ ਫੜ ਕੇ ਅੰਦਰ ਕਰੋਗੇ, ਇੱਥੇ ਹਜ਼ਾਰਾਂ ਬੰਦੇ ਹੋਰ ਉੱਠ ਖੜੇ ਹੋਣਗੇ। ਕਿੰਨਿਆਂ ਕੁ ਬੰਦਿਆਂ ਨੂੰ ਫੜ ਫੜ ਕੇ ਅੰਦਰ ਕਰਨੇਗਾ? ਕੀ ਕਿਹੜੇ ਰਾਹ ਤੁਰ ਪਿਆ ਤੂੰ? ਕਿਹੜੀ ਤੂੰ ਡੈਮੋਕਰੇਸੀ ਦੀ ਦਹਾਈ ਦਿੰਦਾ? ਕਿਹੜੇ ਲੋਕਤੰਤਰ ਦੀ ਦਹਾਈ ਦਿੰਦਾ ਤੂੰ? ਜਲੀਲ ਕਰਕੇ ਇੱਕ 70-72 ਸਾਲ ਦਾ ਬੰਦਾ, 75 ਸਾਲ ਦਾ ਬੰਦਾ ਜਿਹੜਾ ਤੁਸੀਂ ਘਰੋਂ ਫੜ ਕੇ ਲੈ ਕੇ ਜਾਂਦੇ ਹੋ, ਚਲੋ ਜੀ ਆਓ ਜੀ, ਮਾਲੀ ਜੀ ਵੀਡੀਓ ਆ ਰਹੀ ਆ, ਉਹ ਬੋਲ ਵੀ ਰਿਹਾ ਵੀ ਵਾਰੰਟ ਦਿਖਾਓ ਜੀ, ਕੋਈ ਕਾਹਦੇ ਮੁਕੱਦਮਾ ਦਰਜ ਹੋਇਆ, ਚਲੋ ਜੀ ਬਸ ਚਲੋ ਆਓ ਕਰਾਂ। ਇਹ ਕਿੱਥੋਂ ਦਾ ਕਿਹੜਾ ਕਾਨੂੰਨ ਦੀਆਂ ਗੱਲਾਂ ਤੁਸੀਂ ਕਰਦੇ ਹੋ ਯਾਰ? ਪਰ ਭਾਂਸਿਆ, ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ, ਇਹ ਗੱਲਾਂ ਸਦਾ ਨਹੀਂ ਚੱਲਦੀਆਂ ਹੁੰਦੀਆਂ, ਸਦਾ ਇਹ ਪਾਵਰਾਂ ਤਾਕਤਾਂ ਰਹਿਣੀਆਂ ਨਹੀਂ। ਆ ਹੋਰ ਸੁਣ ਲਓ, ਆ ਪਿੱਛੇ ਜੇ ਆ ਇੱਕ ਪੁਲਿਸ ਵਾਲੇ ਅਫਸਰ ਨੇ, ਆ ਪਿੱਛੇ ਜੇ ਮੋਹਾਲੀ ਦੇ ਵਿੱਚ ਤੁਹਾਡੇ ਮੰਤਰੀ ਹਰਜੋਤ ਬੈਂਸ ਅਤੇ ਉਹਦੀ ਧਰਮ ਪਤਨੀ ਦੇ ਉੱਤੇ ਇਲਜ਼ਾਮ ਲਾਇਆ, ਕੋਈ 5, 10, 20, 50, 100 ਨਹੀਂ, ਕਈ ਹਜ਼ਾਰਾਂ ਕਰੋੜ ਦੀ ਉਹਨੇ ਗੱਲ ਕੀਤੀ ਹੈ ਵੀ ਜਿਹੜੀ ਠੱਗੀ ਹੁੰਦੀ ਹੈ ਉਹਦੇ ਵਿੱਚ ਸ਼ਾਮਲ ਹੈ। ਕੀ ਕੀਤਾ ਬਈ ਉਹਦਾ? ਤੂੰ ਰੋਜ਼ ਕੋਈ ਨਾ ਕੋਈ ਇਹੋ ਜਿਹੀ ਗੱਲ ਕਰਦਾ, ਕੋਈ ਨਾ ਕੋਈ ਪੰਜਾਬ ਮਾਰੂ ਕੋਈ ਗੱਲ ਕਰਦਾ,
ਆਹ ਕਰਜ਼ੇ ਵਾਲਾ ਕੰਮ ਤੁਸੀਂ ਸ਼ੁਰੂ ਕਰ ਲਿਆ, ਸੈਂਟਰ ਨੂੰ ਲਿਖੀ ਜਾਂਦਾ ਕਿ 10,000 ਕਰੋੜ ਦੀ ਹੱਦ ਹੋਰ ਵਧਾ ਦਿਓ ਕਰਜ਼ੇ ਦੀ। ਤੂੰ ਕਹਿੰਦਾ ਪੰਜਾਬ 'ਚ ਪੈਸੇ ਹੀ ਬਹੁਤ ਆ, ਪੰਜਾਬ ਕੋਲ ਤਾਂ ਖਜ਼ਾਨਾ ਪੂਰਾ ਫੁੱਲ ਹੈ ਜੀ, ਅਤੇ ਹੁਣ ਫਿਰ ਖਾਲੀ ਕਿਉਂ ਹੋ ਗਿਆ? ਤੂੰ ਪੰਜਾਬ ਦਾ ਪੈਸਾ ਕਰਜ਼ੇ ਚੱਕ ਕੇ ਸੈਂਟਰ ਕੋਲੋਂ ਹੋਰ ਹੱਦਾਂ ਵਧਾ ਕੇ ਪੰਜਾਬ ਦਾ ਪੈਸਾ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਪਾਣੀ ਨੂੰ ਵਹਾ ਰਿਹਾ। ਇੱਥੋਂ ਜਾਣਾ ਫਿਰ ਜਹਾਜ਼ ਲੈ ਕੇ ਉਹ ਕੇਜਰੀਵਾਲ ਨੂੰ ਲੈਣ ਉੱਥੋਂ ਦਿੱਲੀਓਂ, ਹਰਿਆਣੇ ਦੇ ਵਿੱਚ ਤੇਰੇ ਮੰਤਰੀ ਤੇਰੇ MLA ਜਾ ਕੇ ਪ੍ਰਚਾਰ ਕਰਦੇ ਆ, ਲਾਭ ਤੇਲ ਤੋਂ ਲੈ ਕੇ ਰੋਟੀ ਟੁੱਕ ਤੋਂ ਲੈ ਕੇ ਹੋਟਲਾਂ ਦਾ ਖਰਚਾ, ਕੁੱਲ ਖਰਚਾ ਤੁਸੀਂ ਖਜ਼ਾਨੇ 'ਤੇ ਪਾ ਰਹੇ ਹੋ, ਬੋਝ ਲੋਕਾਂ 'ਤੇ ਪਾ ਰਹੇ ਹੋ, ਅਤੇ ਕਰਜ਼ਾ ਚੱਕ ਰਹੇ ਹੋ ਤੁਸੀਂ ਸੈਂਟਰ ਕੋਲੋਂ, ਤਨਖਾਹ ਦੇਣ ਨੂੰ ਤੁਹਾਡੇ ਕੋਲ ਪੈਸੇ ਹੈ ਨਹੀਂ। ਸੋ ਇਸ ਕਰਕੇ ਇਹ ਆਵਾਜ਼ਾਂ ਨਹੀਂ ਦੱਬਣੀਆਂ, ਬਾਹਲੇ ਗਲਤ ਰਾਹ ਪੈ ਗਿਆ, ਬਾਹਲੇ ਗਲਤ ਕਰਾਹੇ ਪੈ ਗਿਆ। ਜਾਂ ਤੈਨੂੰ ਜਿਹੜੀ ਤੇਰੀ ਆਲੇ ਦੁਆਲੇ ਜੁੰਡਲੀ ਇਕੱਠੀ ਹੋਈ ਆ ਉਹ ਗੁੰਮਰਾਹ ਕਰ ਰਹੀ ਆ, ਜਾਂ ਤੈਨੂੰ ਅਫਸਰ ਲੋਬੀ ਗੁੰਮਰਾਹ ਕਰ ਰਹੀ ਹੈ, ਜਾਂ ਤੇਰੇ ਦਿੱਲੀ ਵਾਲੀ ਇੰਨੇ ਭਾਰੂ ਹੋ ਗਏ ਵੀ ਤੇਰੀ ਸੁਣਵਾਈ ਹੈ ਨਹੀਂ ਕੋਈ ਜੋ ਤੂੰ ਕਰ ਰਿਹਾ। ਤੂੰ ਖੁਦ ਆਪ ਸੋਚ ਲਾ, ਤੂੰ ਕਲਾਕਾਰ ਹੁੰਦੇ ਹੋਏ ਵੀ ਕਿੰਨੇ ਤੰਜ ਕੱਸਦਾ ਰਿਹਾ, ਕਿੰਨੇ ਵਿਅੰਗ ਕਰਦਾ ਰਿਹਾ, ਤੈਨੂੰ ਤਾਂ ਕਿਸੇ ਨੇ ਕੁਛ ਕਿਹਾ ਨਹੀਂ ਯਾਰ। ਅਤੇ ਅੱਜ ਤੂੰ ਪਾਵਰ 'ਚ ਆ ਗਿਆ, ਤੂੰ ਲੋਕਾਂ ਨੂੰ ਚੱਕ ਕੇ ਅੰਦਰ ਦੇਣ ਲੱਗ ਗਿਆ, ਮੇਰੇ ਕਿੰਨਾ ਨੂੰ ਅੰਦਰ ਦੇ ਦੇਗਾ ਫਿਰ? ਸੋ ਪੰਜਾਬ ਦੇ ਲੋਕੋ, ਮੈਂ ਫਿਰ ਕਹਿੰਦਾ ਸਾਨੂੰ ਸਾਰਿਆਂ ਨੂੰ ਸਮੁੱਚੇ ਜਿੰਨੇ, ਇੱਕ ਗੁਰਿੰਦਰ ਜੀ ਤੋਂ ਲਿਖਦਾ ਕਹਿੰਦਾ ਬਾਈ ਜੀ ਜਵਾਤੀ ਨਾ ਹੋ ਮਾਲੀ ਬੰਦਾ ਠੀਕ ਨਹੀਂ। ਬੰਦਾ ਠੀਕ ਜਾਂ ਗਲਤ ਹੋਣ ਦੀ ਗੱਲ ਨਹੀਂ ਗੁਰਿੰਦਰ ਜੀ ਸਿਆਂ, ਮੈਨੂੰ ਪਤਾ ਮਾਲੀ ਹਰ ਇੱਕ ਦੇ ਖਿਲਾਫ਼ ਬੋਲਦਾ, ਮਾਲੀ ਕੁੱਲ ਬੰਦੇ, ਪਰ ਇਹ ਅਸਲ ਦੇ ਵਿੱਚ ਮਨੁੱਖਤਾ ਦਾ ਘਾਣ ਹੈ। ਇਹ ਆਵਾਜ਼ਾਂ ਦੱਬਣ ਦੇ ਖਿਲਾਫ਼ ਅਸੀਂ ਬੋਲ ਰਹੇ ਹਾਂ। ਸਾਡੇ ਕਿਸੇ ਨਾਲ ਵਿਚਾਰਕ ਮਤਭੇਦ ਹੋ ਸਕਦੇ ਆ, ਸਾਡੀ ਮੈਂ ਕਹਿੰਦਾ ਕਹਿੰਦਾ ਡਾਂਗ ਵੀ ਚੱਲੀ ਹੋ ਸਕਦੀ ਆ, ਸਾਡੀ ਕਿਸੇ ਨਾਲ ਗੋਲੀ ਵੀ ਚੱਲੀ ਹੋ ਸਕਦੀ ਆ, ਪਰ ਜਿੱਥੇ ਸਰਕਾਰਾਂ ਜਿੱਥੇ ਹਕੂਮਤਾਂ ਧੱਕਾ ਕਰਨਗੀਆਂ, ਕਿਸੇ ਇਨਸਾਨ ਨਾਲ ਮਨੁੱਖਤਾ ਦਾ ਘਾਣ ਕਰਨਗੀਆਂ, ਉਹਦੇ ਅਧਿਕਾਰਾਂ ਦਾ ਘਾਣ ਕਰਨਗੀਆਂ, ਉਹਨੂੰ ਚੱਕ ਕੇ ਅੰਦਰ ਦੇਣਗੀਆਂ, ਅਸੀਂ ਉਸ ਦੇ ਖਿਲਾਫ਼ ਬੋਲਾਂਗੇ। ਇਹੀ ਅਸਲ ਫਿਤਰਤ ਹੁੰਦੀ ਹੈ ਇਨਸਾਨੀ, ਜਿਹਨੂੰ ਫਿਤਰਤ ਕਹਿੰਦੇ ਹੋ। ਜਿਵੇਂ ਕਿਸੇ ਬਹੁਤ ਵੱਡੇ ਵਿਦਵਾਨ ਨੇ ਗੱਲ ਕਹੀ ਸੀ, ਕਹਿੰਦਾ ਅਸਲ ਦੇ ਵਿੱਚ ਜੇ ਇਨਸਾਨ ਨੇ ਆਪਣੇ ਆਪ ਨੂੰ ਪਰਖਣਾ ਹੋਵੇ ਨਾ ਬੰਦੇ ਨੇ ਕਿ ਮੈਂ ਇਨਸਾਨ ਹੈਗਾ, ਇਕੱਲਾ ਇੱਥੇ ਮੈਂ ਤੁਰੀ ਫਿਰਦੀ ਲਾਸ਼ ਹੈ, ਤਾਂ ਕਹਿੰਦਾ ਜਦੋਂ ਦੁਨੀਆ ਦੇ ਵਿੱਚ ਕਿਸੇ ਵੀ ਮਨੁੱਖਤਾ ਦੇ ਉੱਤੇ, ਕਿਸੇ ਜਾਤ ਧਰਮ ਕਿਸੇ ਮਜ਼ਹਬ ਦੇ ਲੋਕਾਂ ਦੇ ਉੱਤੇ ਕੋਈ ਜ਼ੁਲਮ ਹੁੰਦਾ ਹੋਵੇ, ਤੁਹਾਡੇ ਹਜ਼ਾਰਾਂ ਲੱਖਾਂ ਬਖਰੇਵੇਂ ਉਹਨਾਂ ਨਾਲ ਹੋ ਸਕਦੇ ਆ, ਮਤਭੇਦ ਹੋ ਸਕਦੇ ਆ, ਪਰ ਤੁਹਾਡੇ ਅੰਦਰ ਕਹਿੰਦਾ ਉਦੋਂ ਦਿਲ ਦੇ ਵਿੱਚ ਇੱਕ ਚੀਸ ਉੱਠਣੀ ਚਾਹੀਦੀ, ਇੱਕ ਦਰਦ ਉੱਠਣਾ ਚਾਹੀਦਾ, ਇੱਕ ਤੜਫ ਹੋਣੀ ਚਾਹੀਦੀ ਹੈ, ਤੁਸੀਂ ਉਹਦੇ ਖਿਲਾਫ਼ ਆਵਾਜ਼ ਬੁਲੰਦ ਕਰੋ ਤਾਂ ਤੁਸੀਂ ਅਸਲ ਮਾਇਨਿਆਂ ਦੇ ਵਿੱਚ ਇਨਸਾਨ ਹੋ। ਇਹੀ ਹੁੰਦਾ ਬਿਲਕੁਲ। ਮੈਨੂੰ ਪਤਾ ਬਹੁਤ ਕੁਛ ਬੋਲਦਾ ਮਾਲੀ, ਹਰ ਇੱਕ ਦੇ ਖਿਲਾਫ਼ ਬੋਲਦਾ, ਮੈਂ ਕਹਿੰਦਾ ਉਹਦੀ ਸ਼ਬਦਾਵਲੀ ਵੀ ਕਦੇ ਕਈ ਵਾਰੀ ਇਹੋ ਜਿਹੀ ਹੁੰਦੀ ਆ, ਪਰ ਇਹ ਕਿਹਨੂੰ ਅਧਿਕਾਰ ਦਿੱਤਾ ਯਾਰ, ਇਹ ਕਿਹਨੇ ਅਧਿਕਾਰ ਦਿੱਤਾ ਸਰਕਾਰਾਂ ਨੂੰ ਜਿਹੜਾ ਬੰਦਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿਓ? ਸਾਡਾ ਸਵਾਲ ਇਹ ਆ ਸਰਕਾਰ ਦੇ ਅੱਗੇ, ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਕਹਿਣਾ ਚਾਹੁੰਦਾ, ਹਰ ਸਮਾਜਿਕ ਬੰਦੇ ਨੂੰ ਕਹਿਣਾ ਚਾਹੁੰਦਾ, ਹਰ ਧਾਰਮਿਕ ਬੰਦੇ ਨੂੰ ਕਹਿਣਾ ਚਾਹੁੰਦਾ, ਹਰ ਕੋਈ ਜਿਹੜੀਆਂ ਸਿਆਸੀ ਕੋਈ ਧਿਰਾਂ ਹੈਗੀਆਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਸਾਨੂੰ ਡਟ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਅਤੇ ਇਹਦੇ 'ਤੇ ਕੋਈ ਸੱਦਾ ਵੱਡੇ ਇਕੱਠ ਦਾ ਦੇਣਾ ਚਾਹੀਦਾ। ਮੈਂ ਖਾਸ ਤੌਰ ਦੇ ਉੱਤੇ ਕਿਸਾਨੀ ਮੋਰਚੇ ਵੇਲੇ ਮੈਨੂੰ ਪਤਾ ਕਿ ਰੱਜ ਕੇ ਮੈਂ ਕਹਿੰਦਾ ਮਾਲੀ ਨੇ ਸਾਡੇ ਖਿਲਾਫ਼ ਲਿਖਿਆ ਬੋਲਿਆ, ਪਰ ਉਹਨੇ ਭੂਮਿਕਾ ਨਿਭਾਈ ਆ, ਉਹਦਾ ਯੋਗਦਾਨ ਰਿਹਾ। ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਖਾਸ ਤੌਰ 'ਤੇ ਅਪੀਲ ਕਰਨਾ ਚਾਹੁੰਦਾ ਕਿ ਅੱਜ ਫਰਜ਼ ਬਣਦਾ
ਕਿ ਮਾਲੀ ਦੇ ਉੱਤੇ ਅੱਜ ਤਸ਼ੱਦਦ ਕੀਤਾ ਗਿਆ, ਅੱਜ ਘਾਣ ਕੀਤਾ ਗਿਆ ਉਹਦੇ ਹੱਕਾਂ ਹਕੂਕਾਂ ਦਾ, ਉਹਦੇ ਅਧਿਕਾਰਾਂ ਦਾ, ਅਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਦੇ ਖਿਲਾਫ਼, ਜਿਹੜੀ ਸਰਕਾਰ ਦੇ ਖਿਲਾਫ਼ ਕੋਈ ਨਾ ਕੋਈ ਸੱਦਾ ਦੇਣਾ ਚਾਹੀਦਾ, ਕੋਈ ਨਾ ਕੋਈ ਕਾਲ ਦੇਣੀ ਚਾਹੀਦੀ ਆ, ਕੋਈ ਇਹਦਾ ਵਿਰੋਧ ਡਟ ਕੇ ਕਰਨਾ ਚਾਹੀਦਾ, ਆਪਣੇ ਪਲੇਟਫਾਰਮਾਂ 'ਤੇ ਕਰਨਾ ਚਾਹੀਦਾ। ਅਤੇ ਨਹੀਂ, ਇਹ ਆਵਾਜ਼ਾਂ ਜਿਹੜੀਆਂ ਉਹ ਇਕੱਲਾ ਮਾਲੀ ਨਹੀਂ, ਉਹ ਸਾਰੀਆਂ ਆਵਾਜ਼ਾਂ ਦੱਬੀਆਂ ਜਾਣੀਆਂ ਨੇ। ਅਸਲ ਆਵਾਜ਼ ਤੋਂ ਹੀ ਇੰਨੇ ਇਹ ਡਰਦੇ ਹੁੰਦੇ ਆ, ਇੰਨਾ ਖੌਫ ਆਵਾਜ਼ਾਂ ਦਾ ਹੀ ਹੁੰਦਾ ਇਹਨਾਂ ਨੂੰ। ਬਸ ਵੈਸੇ ਤਾਂ ਕੰਮ ਦਿਲ ਬੰਦੇ ਨੇ, ਕਮਜ਼ੋਰ ਬੰਦੇ ਨੇ, ਮਾੜੀ ਮਾੜੀ ਗੱਲ 'ਤੇ ਕੋਈ ਟਿੱਪਣੀ ਵੀ ਕਰਦੇ, ਥੱਲੇ ਕਮੈਂਟ ਕਰਦੇ ਨਾ ਕੋਈ ਬੰਦਾ ਕਮੈਂਟ ਸਰਕਾਰ ਨੂੰ, ਉਹਨੂੰ ਵੀ ਉਹਦੀ ਕਿਸੇ DSP ਦਾ, ਕਿਸੇ SP ਦਾ, ਕਿਸੇ CA ਇੰਚਾਰਜ ਦਾ ਫੋਨ ਆ ਜਾਂਦਾ ਵੀ ਆਹ ਕੀ ਕੀਤਾ, ਕੀ ਲਿਖਿਆ, ਹਟਾ ਇਹਨੂੰ, ਪਰਚਾ ਹੋਜੂ। ਇੱਥੇ ਬਠਿੰਡਾ ਹੀ ਹੋਇਆ ਸੀ ਇੱਕ ਮੁੰਡੇ ਦੇ ਨਾਲ, ਉਹਨੂੰ CA ਬੁਲਾ ਲਿਆ ਕਿ ਗਾਹਾਂ ਨੂੰ ਇਹੋ ਜਿਹਾ ਕੁਛ ਨਹੀਂ ਲਿਖਣਾ ਅਤੇ ਨਹੀਂ ਪਰਚਾ ਦੇ ਕੇ ਅੰਦਰ ਦੇ ਦਾਂਗੇ। ਹੱਦ ਹੋ ਗਈ ਯਾਰ, ਹਰ ਪਾਸੋਂ ਤੁਸੀਂ ਫੇਲ ਹੋ ਗਏ, ਕੰਮ ਤੁਹਾਡੇ ਕੋਲ ਕੋਈ ਹੋਰ ਨਹੀਂ ਰਿਹਾ, ਕੋਈ ਰੋਡ ਮੈਪ ਨਹੀਂ ਤੇਰੇ ਕੋਲ, ਕੋਈ ਨੀਤੀ ਨਹੀਂ ਤੇਰੇ ਕੋਲ ਪੰਜਾਬ ਨੂੰ ਬਚਾਉਣ ਦੀ, ਵੀ ਇਸ ਇਹ ਜੰਜਾਲ ਦੇ ਵਿੱਚੋਂ, ਇਸ ਮੰਝਧਾਰ ਦੇ ਵਿੱਚੋਂ, ਇਹ ਦਲ ਦਲ ਦੇ ਵਿੱਚੋਂ ਪੰਜਾਬ ਨੂੰ ਕਿਵੇਂ ਕੱਢੇਗਾ। ਅਤੇ ਉਲਟਾ ਤੋਂ ਯਾਰ ਜਿਹੜੇ ਬੋਲਣ ਵਾਲੇ ਬੰਦੇ ਜਾ ਕੇ ਪਰਚੇ ਦੇਣ ਲੱਗ ਗਏ, ਹੱਦ ਹੋ ਗਈ ਤੁਹਾਡੇ ਲਈ। ਸੋ ਇਸ ਕਰਕੇ ਅਪੀਲ ਆ ਸਾਰਿਆਂ ਨੂੰ ਕਿ ਸਾਨੂੰ ਪੁਰਜ਼ੋਰ ਡਟ ਕੇ ਇਹਦਾ ਵਿਰੋਧ ਕਰਨਾ ਚਾਹੀਦਾ, ਨਿੰਦਿਆ ਕਰਨੀ ਚਾਹੀਦੀ ਹੈ, ਇਹਨੂੰ ਲਾਹਨਤਾਂ ਪਾਉਣੀਆਂ ਚਾਹੀਦੀਆਂ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਕਿਹੜਾ ਕ੍ਰਾਈਮ ਕੀਤਾ ਬਈ ਮਾਲੀ ਨੇ, ਕੀ ਜੁਰਮ ਕੀਤਾ ਮਾਲੀ ਨੇ, ਸਾਨੂੰ ਉਹਦੇ ਹੱਕ 'ਚ ਖੜਨਾ ਚਾਹੀਦਾ। ਅਤੇ ਖਾਸ ਤੌਰ 'ਤੇ ਇਸ ਗੱਲ ਦੇ ਲਈ ਜਿੰਨੀਆਂ ਸਾਡੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ, ਉਹਨਾਂ ਨੂੰ ਕੋਈ ਨਾ ਕੋਈ ਇਹਦਾ ਨੋਟਿਸ ਲੈਣਾ ਚਾਹੀਦਾ ਅਤੇ ਇਹਦੇ ਕੋਈ ਨਾ ਕੋਈ ਸੱਦਾ ਦੇ ਕੇ ਅੱਜ ਫੌਰੀ ਨਾਲ ਦੀ ਨਾਲ ਕੋਈ ਇਹਦੇ ਕਾਰਵਾਈ ਹੋਣੀ ਚਾਹੀਦੀ। ਨਹੀਂ, ਇਹ ਯਾਦ ਰੱਖਿਓ, ਇਹ ਅਸਲ ਦੇ ਵਿੱਚ ਮੂੰਹ ਇਹਨਾਂ ਨੂੰ ਇੰਨਾ ਪੈ ਗਿਆ, ਮੂੰਹ ਪਿਆ ਹੋਇਆ ਹੀ ਹੈ, ਉਹ ਮੀਡੀਆ ਦੱਬੇ ਹੀ ਹੋਏ ਆ। ਤੁਸੀਂ ਦੇਖ ਰਹੇ ਹੋ ਅੱਜ ਪੰਜਾਬ ਦੇ ਹਾਲਾਤ, ਅਤੇ ਜਿਹੜਾ ਪੰਜਾਬ ਦਾ ਮੁੱਖ ਮੀਡੀਆ ਉਹ ਕਿੱਥੇ ਹੈ, ਦਿਖਦਾ ਕਿਤੇ ਨਜ਼ਰ ਆਉਂਦਾ? ਕੋਈ ਇੱਕ ਅੱਧਾ ਚੈਨਲ, ਕੋਈ ਮਾੜਾ ਮੋਟਾ ਜਿਹਾ ਟੁੱਟਿਆ ਭੱਜਿਆ ਵਿਚਾਰਾ, ਕੋਈ ਬਹੁਤਾ ਸੁਰਖੀਆਂ 'ਚ ਨਹੀਂ ਹੈਗਾ, ਕੋਈ ਮਾੜਾ ਮੋਟਾ ਅਖਬਾਰ ਕੋਈ ਲਿਖਦਾ ਹੋਣਾ ਮਾੜੀ ਮੋਟੀ ਗੱਲ, ਬਾਕੀ ਸਾਰਿਆਂ ਦੇ ਬੁੱਲ ਸੌਂਤੇ ਪਏ ਆ, ਸਭ ਮੂੰਹ 'ਚ ਘੁੰਗਣੀਆਂ ਪਾਈ ਬੈਠੇ, ਚੁੱਪ ਕਰੇ ਬੈਠੇ, ਕਿੱਡਾ ਕੀ ਕੁਛ ਹੋ ਰਿਹਾ ਪੰਜਾਬ ਦੇ ਨਾਲ, ਕੀ ਘਾਣ ਹੋ ਰਿਹਾ ਪੰਜਾਬ ਦਾ, ਕੋਈ ਬੋਲ ਰਿਹਾ? ਨਾਲੇ ਮੈਂ ਗੱਲ ਦੱਸਦਾ, ਠੀਕ ਆ ਮਾਲੀ ਦਾ ਮੈਂ ਫਿਰ ਕਹਿੰਦਾ ਬਖਰੇਵੇਂ ਹੋ ਸਕਦਾ ਕਈ ਤਰ੍ਹਾਂ ਦੇ, ਪਰ ਮਾਲੀ ਵਰਗੇ ਉਹਨਾਂ ਸਮਿਆਂ 'ਚ ਵੀ ਬੋਲਿਆ ਜਦੋਂ ਬੜਾ ਅੱਤ ਦਾ ਇੱਥੇ ਕਹਿਰ ਵਰਤਾਇਆ ਵਾਪਰ ਰਿਹਾ ਸੀਗਾ, ਬੜਾ ਜ਼ਬਰ ਅਤੇ ਜ਼ੁਲਮ ਹੋ ਰਿਹਾ ਸੀ, ਉਹਨਾਂ ਸਮਿਆਂ 'ਚ ਵੀ NSA ਲੱਗ ਗਈ ਸੀ ਇਹਦੇ 'ਤੇ। ਸੋ ਆਓ ਯਾਰ, ਸਾਨੂੰ ਅੱਜ ਖੜਨ ਦੀ ਲੋੜ ਆ, ਆਪਣੇ ਬੰਦਿਆਂ ਨਾਲ ਜ਼ਰੂਰ ਖੜ ਗਏ ਅਸੀਂ, ਕਿਉਂਕਿ ਇਹ ਜਿੱਧਰ ਨੂੰ ਤੁਰ ਪਏ ਹੈ ਇਹ ਰਾਹ ਇਹਨਾਂ ਲਈ ਵੀ ਚੰਗਾ ਨਹੀਂ ਅਤੇ ਸਾਡੇ ਲਈ ਚੰਗਾ ਤਾਂ ਹੋਣਾ ਹੀ ਕੀ ਹੈ। ਪਰ ਇਹ ਮੈਂ ਭਵਾਸਿਆਂ ਤੁਹਾਨੂੰ ਅਪੀਲ ਕਰਦਾ ਵੀ ਇਹ ਪੰਜਾਬ ਦੇ ਜੰਮੇ ਲੋਕ ਨੇ, ਇਹ ਐਂ ਦਾਬੇ ਨਾਲ ਡਰਾਏ ਨਹੀਂ ਦੱਬਣੇ, ਇਹ ਬਹੁਤ ਵੱਡੇ ਤੁਸੀਂ ਭੁਲੇਖੇ ਪਾਲ ਲਏ ਵੀ ਪਤਾ ਨਹੀਂ ਐਂ ਦੱਬ ਲਓਗੇ, ਇਹ ਤਾਂ ਕਦੇ ਮੁਗਲਾਂ ਤੋਂ ਨਹੀਂ ਦੱਬੇ, ਅੰਗਰੇਜ਼ਾਂ ਤੋਂ ਨਹੀਂ ਦੱਬੇ, ਇਹਦਾ ਐਡੇ ਐਡੇ ਟੋਟੇ ਕਰਾ ਲਏ, ਦੇਹਾਂ ਦੇ ਗਲ ਕਟਾ ਲਏ, ਫਾਂਸੀਆਂ ਦੇ ਝੂਲ ਗਏ, ਕਦੇ ਦੱਬੇ ਨਹੀਂ ਤੂੰ, ਕਿਹੜੇ ਇਹ ਕਿਹੜੀ ਮਿੱਟੀ ਦੇ ਬਣੇ ਇਹਦਾ ਸਮਝ ਲਾ ਤੂੰ, ਪਰ ਨਹੀਂ ਬਹੁਤ ਗਲਤ ਕਰ ਰਿਹਾ, ਜੋ ਕਰ ਰਿਹਾ ਬਹੁਤ ਜ਼ਿਆਦਾ ਗਲਤ ਕਰ ਰਿਹਾ, ਇਹ ਸਹੀ ਨਹੀਂ ਕਰ ਰਿਹਾ। ਸੋ ਆਓ ਪੰਜਾਬੀਓ, ਆਪਾਂ ਡਟ ਕੇ ਮਾਲਵਿੰਦਰ ਸਿੰਘ ਮਾਲੀ ਦੇ ਹੱਕ 'ਚ ਖੜ ਗਏ, ਇਹਨਾਂ ਦਾ ਵਿਰੋਧ ਕਰਕੇ, ਇਹਨਾਂ ਦੇ ਪੁੱਛੀਏ ਲੀਡਰਾਂ ਨੂੰ ਪਿੰਡਾਂ 'ਚ ਇਹਨਾਂ ਦੇ ਫਿਰਦੇ, ਇਹਨਾਂ ਦੇ ਬੈਠੇ ਖੁੰਡਾਂ ਦੇ ਘੜਾਮਾ ਚੌਧਰੀ ਜਿਹੜੇ ਬਹਿਸਾਂ ਕਰਦੇ ਹੁੰਦੇ ਆ ਨਾ, ਸਾਡੀ ਸਰਕਾਰ ਆਏ ਆ, ਸਾਡਾ ਭਗਵੰਤ ਮਾਨ ਆਏ ਆ, ਸਾਡੇ ਆਏ ਕਰਤਾ, ਉਹਨੂੰ ਪੁੱਛੋ ਆਹ ਕੀ ਕਰ ਦਿੱਤਾ ਨੇ ਯਾਰ, ਆਹ ਕੀ ਕਰ ਰਹੇ ਹੋ ਤੁਸੀਂ, ਆਹ ਤੁਹਾਡੇ ਮੁੱਖ ਮੰਤਰੀ ਕੀ ਕਰ ਰਿਹਾ, ਸਾਡੀ ਸਰਕਾਰ ਕੀ ਕਰ ਰਹੀ ਆ, ਜਿੱਧਰ ਨੂੰ ਕਰਨਾ ਕੁਛ ਉੱਧਰ ਨੂੰ ਕਰ ਨਹੀਂ ਰਹੇ, ਚੁੱਪ ਨੇ, ਅਤੇ ਇੱਧਰ ਨੂੰ ਆਹ ਲੋਕਾਂ ਨੂੰ ਫੜਫੜ ਅੰਦਰ ਦੇਈ ਜਾਂਦੇ। ਸੋ ਆਓ ਆਪਾਂ ਡਟ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਅਪੀਲ ਕਰਦਾ, ਸਾਰੇ ਇਕੱਠੇ ਹੋ ਕੇ ਇਹਦਾ ਵਿਰੋਧ ਕਰੀਏ।